ਪ੍ਰੋਗਰਾਮ ਨਾਲ ਜੁੜੇ ਦਰਸ਼ਕਾਂ ਦਾ ਬहोत-ਬहोत ਸਵਾਗਤ ਹੈ ਜੀ ਸਭ ਤੋਂ ਪਹਿਲਾਂ ਪਿਆਰ ਤੇ ਸਤਿਕਾਰ ਨਾਲ ਸਤਿ ਸ਼ਕਰ ਅੱਜ ਉਹ ਮਹਿਮਾਨ ਹੈ ਸਾਡੇ ਪ੍ਰੋਗਰਾਮ ਦੇ ਜਿਨ੍ਹਾਂ ਨੇ ਨਗਪਗ ਅੱਦੇਸਾ ਦੀ ਹੋ ਗਈ ਹੈ ਜਿਨ੍ਹਾਂ ਦੀ ਆਵਾਜ਼ ਅੰਦਾਜ਼ ਤੇ ਗੀਤਾ ਨੂੰ ਅ 3ਜੀ ਚੌਥੀ ਪੀਡੀ ਆ ਗਈ ਹੈ ਸੁਣਦੇ ਆ ਤੇ ਉਹਨਾਂ ਦਾ ਅੱਜ ਵੀ ਆਵਾਜ਼ ਦਾ ਜਾਦੂ ਲੋਕਾਂ ਦੇ ਮਨਾਂ 'ਚ ਦਿਲਾਂ 'ਚ ਗੱਡੀਆਂ ਚ ਵਿਆਹਾਂ 'ਚ ਕਾਇਮ ਹੈ ਰਣਜੀਤ ਕੌਰ ਜੀ ਮੇਰੇ ਨਾਂ ਨੇ ਦੁਕਾਨਾ ਨਦ ਜੇ ਤੋ ਜ਼ਿਕਰ ਆਉਂਦਾ ਤਾਂ ਇਹਨਾਂ ਦਾ ਨਾਮ ਮੂਰਲੀ ਕ्तार ਚ ਆਉਂਦਾ ਹੈ ਬੇਸ਼ੱਕ 70 ਪਾਰ ਕਰ ਗਏ ਨੇ ਪਰ ਅੱਜ ਵੀ ਪੂਰੇ ਕਾਇਮ ਦਿਖਾਈ ਦਿੰਦੇ ਨੇ ਸਭ ਤੋਂ ਪਹਿਲਾਂ ਕਰਦੇ ਹਾਂ ਸਵਾਗਤ ਫਿਰ ਜਾਣਦੇ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਹਾਲ ਹੈ ਜੀ ਠੀਕ ਹੋ ਹਾਂ ਹਾਂ ਸਿਹਤ ਕਿਵੇਂ ਹੈ ਠੀਕ ਹੈ ਨਾ ਬਰ ਨਾਓ ਕੀ ਬਾਤ ਹੈ ਇੱਕ ਆਰਟਿਸਟ ਦੀ ਜ਼ਿੰਦਗੀ ਨੂੰ ਤੁਸੀਂ ਅੱਧੀ ਸਦੀ ਗਾਇਆ ਹੈ ਇਹ ਆਰਟਿਸਟ ਦੀ ਜ਼ਿੰਦਗੀ ਨੂੰ ਕਿਵੇਂ ਦੇਖਦੇ ਆਂ ਆਰਟਿਸਟ ਦੀ ਜ਼ਿੰਦਗੀ ਬਹੁਤ ਟਫ ਹੈ اچھا ਇਹਨੂੰ ਆਮ ਜਿਹੜੇ ਸਾਡੇ ਸਰੋਤੇ ਆ ਉਹ ਆਸਾਨ ਸਮਝਦੇ ਆ ਪਰ ਨਹੀਂ ਉਹ ਵੀ ਸਮਝਣ ਲੱਗ ਗਏ ਅਸੀਂ ਬਹੁਤ ਉਤਰਾ ਚੜਾ ਸਾਡੇ ਤੇ ਆਂਦੇ ਆ ਅਸੀਂ ਵੀ ਦੁਨੀਆ 'ਚ ਵਿਚਰਦੇ ਆ ਜਿਵੇਂ ਆਮ ਜ਼ਿੰਦਗੀ 'ਚ ਉਤਰਾ ਚੜਾ ਆਂਦੇ ਆ ਗਾਉਣ ਦਾ ਜਦੋਂ ਤੁਸੀਂ ਗਾਉਣਾ ਸ਼ੁਰੂ ਕੀਤਾ ਉਦੋਂ ਤਾਂ ਕੁੜੀਆਂ ਨੂੰ ਕੋਈ ਪੜਨਾ ਵੀ ਨਹੀਂ ਸਲੋਚਦਾ ਹੁੰਦਾ ਗਾਉਣ ਵਾਲੇ ਪਾਸੇ ਕਿਵੇਂ ਆਏ ਓ ਸਹੀ ਗੱਲ ਹੈ ਸਹੀ ਪਤਾ ਕੀ ਹੈ ਉਦੋਂ ਇੰਨਾ ਪਤਾ ਨਹੀਂ ਸੀ ਹੁੰਦਾ ਪੇਰੈਂਟਸ ਨੂੰ ਵੀ ਨਹੀਂ ਸੀ ਇੰਨਾ ਪਤਾ ਹੁੰਦਾ ਵੀ ਅਸੀਂ ਕਿੱਧਰ ਤੋਰਨਾ ਹੈ ਕਿੱਧਰ ਤੋਰਨਾ ਤੇ ਕੁਦਰਤ ਵੱਲੋਂ ਹੀ ਹੈ ਵੈਸੇ ਇਹ ਜਿਹੜੀ ਜਿਹੜੀ ਲਾਈਨ 'ਚ ਮੈਂ ਆ ਜਾਂ ਸਾਡੇ ਆਟ ਸਾਰੇ ਹੀ ਹੈ ਇਹ ਕੁਦਰਤ ਵੱਲੋਂ ਹੁੰਦਾ ਹੈ ਡਿਊਟੀ ਲੱਗੀ ਵੀ ਇੱਕ ਦੀ ਡਿਊਟੀ ਲੱਗੀ ਮਾਰਾ ਨੇ ਲਾ ਕੇ ਇਸ ਤੋਰ ਤੇ ਆ ਜਾਂਦਾ ਕਰ ਕਰ ਜਾ ਕੇ ਪ੍ਰੋਗਰਾਮ ਕਰੋ ਔਰ ਉਥੋਂ ਦਾਨ ਪਾਣੀ ਸਕੋ ਤੁਹਾਡੇ ਪਿਤਾ ਜੀ ਤਾਂ ਫਿਲਮਾਂ ਸਪான்ਸਰ ਕਰਦੇ ਹੁੰਦੇ ਸੀ ਪ੍ਰੋਡਿਊਸ ਕਰਦੇ ਸੀ ਹਾਂਜੀ ਹਾਂਜੀ ਤੁਸੀਂ ਉਹ ਰਾਹ ਦੀ بجائے ਗਾਉਣ ਵਾਲਾ ਰਾਹ ਕਿਉਂ ਅਪਣਾਇਆ ਐਕਚੁਅਲੀ ਆਰਟਿਸਟ ਸਾਡੇ ਘਰ ਬੈਠੇ ਹੁੰਦੇ ਸੀ ਅਸੀਂ ਪ੍ਰੋਗਰਾਮ ਤੇ ਹੁੰਦੇ ਸੀ ਤੇ ਆ ਟਾਈਮ ਨਹੀਂ ਸੀ ਮੈਂ ਦੇ ਸਕਦੀ ਆਪਣੀਆਂ ਫਿਲਮਾਂ ਚ ਵੀ ਥੋੜਾ ਬਹੁਤ ਹੀ ਕੀਤਾ ਮੈਂ ਉਹਨਾਂ ਕੋਲ ਦੋ ਤੇ ਇਸ ਤਰ੍ਹਾਂ ਕਰਕੇ ਸ਼ੌਕ ਇਨੀ ਪਿਆ ਮੈਨੂੰ ਅ ਸਕਰੀਨ ਤੇ ਆਂਦਾ ਅੱਛਾ ਹਰ ਬੰਦੇ ਦੇ ਇੱਕ ਮਨ ਤੇ ਪ੍ਰਭਾਵ ਹੁੰਦਾ ਕਿਸੇ ਨਾ ਕਿਸੇ ਦਾ ਕੋਈ ਨਾ ਕੋਈ ਤੁਹਾਡਾ ਰੋਲ ਮਾਡਲ ਹੁੰਦਾ ਹੈ ਵੀ ਇਹਦੇ ਤੋਂ ਪ੍ਰਭਾਵਿਤ ਹੋਗੇ ਇਸ ਲਾਈਨ 'ਚ ਆ ਗਏ ਇਹਦੇ ਤੋਂ ਤੁਹਾਡੇ ਤੇ ਕੀ ਦਾ ਪ੍ਰਭਾਵ ਰਿਹਾ ਐ ਐਕਚੁਅਲੀ ਮੈਂ ਪ੍ਰਭਾਵ ਕਿਸੇ ਦਾ ਲੱਤਾ ਹੀ ਨਹੀਂ ਕੀ ਬਾਤ ਹੈ ਹਾਂ ਹਾਂ ਮੈਨੂੰ ਜਿਹੜੇ ਆਰਟਿਸਟ ਅੱਛੇ ਲੱਗਦੇ ਸੀ ਸ਼ਮਸ਼ਾਦ ਬੇਗਮ ਉਹਨਾਂ ਦਾ ਗਾਣਾ ਜਿਹੜਾ ਪੰਜਾਬੀ ਸੀਗਾ ਠੇਠ ਹੁੰਦਾ ਸੀ ਹਾਂਜੀ ਉਹ ਟੁੱਟ ਜਾਏ ਰੇਲ ਗੱਡੀਏ ਨੀ ਤੋ ਰੋਕ ਲਿਆ ਚੰਨ ਮੇਰਾ ਇਹੋ ਜਿਹੇ ਗਾਣੇ ਸੁਣ ਸੁਣ ਕੇ ਉਹਨਾਂ ਦੀ ਹਾਈ ਪੀਤੇ ਬਾਤ ਬਹੁਤ ਸੋਹਣੀ ਲੱਗਦੀ ਸੀ ਤੇ ਉਹਨਾਂ ਦਾ ਦੇਸੀਪਣ ਪੰਜਾਬੀ ਫਿਲਮਾਂ ਚ ਤੇ ਬਾਕੀ ਲਤਾ ਹੋਰਾ ਦਾ ਸੌਫਟਨੈਸ ਔਰ ਰਾਸ਼ਾ ਜੀ ਦਾ ਇਹ ਪ੍ਰਭਾਵਿਤ ਕਰਦਾ ਸੀ ਹਾਂ ਫਿਲਮੀ ਗਾਣੇ ਮੈਨੂੰ ਜ਼ਿਆਦਾ ਪ੍ਰਭਾਵਿਤ ਕਰਦੇ ਸੀ ਇੱਕ ਦੋ ਲਾਈਨਾਂ ਪਹਿਲਾਂ ਆਪਾਂ ਗੁੰਗਣਾ ਲਈਏ ਫਿਰ ਅੱਗੇ ਗੱਲਾਂਬਾਤਾਂ ਕਰਾਂਗੇ ਬੰਤਾ ਕੀ ਹਾਂਜੀ ਠੀਕ ਹੈ ਜੋ ਜੋ ਮੈਂ ਕਹਿਣਾ ਹੈ ਜੀ ਆਇਓ ਤੁਸੀਂ ਘਰ ਸਿਰ ਮੱਥੇ ਜੀ ਲਾਲੀਓ ਮੁੰਦਰੀ ਮੇਰੀ ਲਾਲੀਓ ਮੁੰਦਰੀ ਮੇਰੀ ਚਲਾਂ ਦੇ ਨਾਲ ਵੇ ਵੇ ਹੋਨੇ ਕਿਉਂ ਨਹੀਂ ਦਿੰਦਾ ਮੈਨੂੰ ਆਪਣਾਰੂ ਮਾਲਵੇਈ ਵੇ ਆਪਣਾਰੂ ਮਾਲਵੇਈ ਲਾਲੀਉ ਮੁੰਦਰੀ ਮੇਰੀ ਕਿਆ ਬਾਤ ਕੀਤੇ ਮੈਂ ਬੜੇ ਬਹਾਨੇ ਭਾਬੀ ਕਹੇ ਦਸਨਣਾ ਨੇ ਹੋ ਕੀਤੇ ਮੈਂ ਬੜੇ ਬਹਾਨੇ ਭਾਬੀ ਕਹੇ ਦਸਨਣਾ ਨੇ ਕਿੱਥੇ ਗਈ ਮੰਦਰੀ ਤੇਰੀ ਮੈਥੋਂ ਕੀ ਗੁਜਰ ਕਾਨੀ ਐ ਪਰ ਗਲਗੱਲੀ ਬਾਤੀ ਐ ਪਰ ਗਲਗੱਲੀ ਬਾਤੀ ਦਿੱਤੀ ਮੈਂ ਟਾਲ ਵਈ ਵਈ ਹੁਣ ਕਿਉਂ ਨਹੀਂ ਦਿੰਦਾ ਮੈਨੂੰ ਆਪਣਾ ਰੂਮਾਲ ਵਈ ਵਈ ਆਪਣਾ ਰੂਮਾਲ ਵਈ ਵਈ ਆਪਣਾ ਰੂਮਾਲ ਵਈ ਵਈ ਲਾਲੀਓ ਮੁੰਦਰੀ ਮੇਰੀ ਕੀ ਬਾਤ ਹੈ ਅੱਛਾ ਤੁਹਾਡੇ ਜ਼ਮਾਨੇ ਚ ਖਾੜਿਆਂ ਦਾ ਜ਼ਮਾਨਾ ਸੀ ਰਿਕਾਰਡਿੰਗਸ ਘਟ ਹੁੰਦੀਆਂ ਸੀ ਕਹਿ ਸਕਦੇ ਆ ਕਿ ਖਾੜੇ ਖਾੜੇ ਸੀ ਜਿਹੜੀਆਂ ਅਖਾੜੇ ਦੀ ਦੁਨੀਆ ਹੈ ਇਹ ਚ ਗਲਤੀ ਨੀ ਕੀਤੀ ਜਾ ਸਕਦੀ ਮੌਕੇ ਤੇ ਮੌਕੇ ਆ ਸਾਰਾ ਕੁਝ ਹਾਂ ਹਾਂ ਤੇ ਰਿਕਾਰਡਿੰਗ ਚ ਤਾਂ ਤੁਸੀਂ ਰੀਟੇਕ ਲੈ ਸਕਦੇ ਹੋ ਠੀਕ ਹੋ ਸਕਦੀ ਹੈ ਜਿਦੋਂ ਇਸ ਦੁਨੀਆ ਦੇ ਵਿੱਚ ਇੰਨਾ ਕੁਝ ਖਾੜੇ ਲਗਾਤਾਰ ਹੁੰਦੇ ਸੀ ਤੇ ਆਪ ਦੇ ਆਪ ਨੂੰ ਗੀਤ ਯਾਦ ਰੱਖਣੇ ਪ੍ਰਿਪੇਅਰ ਕਰਨਾ ਕਿੰਨੀ ਕੁ ਮਿਹਨਤ ਲੱਗਦੀ ਸੀ ਜਾਂ ਕੀ ਕਰਨਾ ਪੈਂਦਾ ਸੀ ਖਾੜੇ ਚ ਗੀਤ ਨੂੰ ਸਮਝ ਕੇ ਗਾਣਾ ਪੈਂਦਾ ਉੱਥੇ ਬਾਕੀ ਕੁਦਰਤੀ ਮੈਂ ਗੀਤ ਤੇ ਇੰਨੇ ਲਿਫਟ ਜਾਂਦੀ ਸੀ ਪਤਾ ਜੋ ਵੀ ਚਿਹਰੇ ਜਾਂਦਾ ਸੀ ਗੀਤ ਜਿੱਦਾਂ ਦਾ ਹੁੰਦਾ ਸੀ ਉਹ ਮੇਰੇ ਚਿਹਰੇ ਤੇ ਆ ਜਾਂਦਾ ਸੀ ਮੈਨੂੰ ਮੈਂ ਨਹੀਂ ਕਹਿੰਦੀ ਮੇਰੇ ਸਰੋਤਿਆਂ ਨੇ ਮੈਨੂੰ ਦੱਸਿਆ ਅੱਛਾ ਤੇ ਕਹਿੰਦੇ ਜਿੱਦਾਂ ਦਾ ਗੀਤ ਹੁੰਦਾ ਤੁਸੀਂ ਉਦੋਂ ਦੇ ਬਣ ਜਾਂਦੇ ਹੋ ਮੈਂ ਕਿ ਇਹ ਖਾਸੀਅਤ ਹੁੰਦੀ ਗਾਤਾ ਸਾਰੇ ਲੈਂਦੇ ਆਮ ਇਨਸਾਨ ਵੀ ਗਾ ਲੈਂਦੇ ਇਹ ਆਰਟਿਸਟਿਕ ਖਾਸੀਅਤ ਤਾਂ ਹੁੰਦੀ ਹੈ ਔਰ ਉਹ ਪਰਮਾਤਮਾ ਨੇ ਮੇਰੇ ਤੇ ਪਾਤੀ ਸੀ ਅੱਛਾ ਸਿੱਖਿਆ ਵੀ ਸਿੱਖਿਆ ਮੈਂ ਅ ਰਿਹਸਲ ਬਹੁਤ ਕੀਤੀ ਪਹਿਲਾ ਪਹਿਲਾ ਫੇਰ ਤਾਂ ਐਨਐਸਸੀ ਵੀ ਗੀਤ ਨੂੰ ਪੜਦੇ ਸਾਰੀ ਪਤਾ ਲਾ ਜਾਂਦਾ ਸੀ ਆ ਲਫ਼ਜ਼ ਇਸ ਤਰ੍ਹਾਂ ਕਹਿਣਾ ਆ ਕਿ ਅੱਦਾਂ ਕਹਿਣਾ ਉਤਰ ਆ ਚੜਾ ਗੀਤ ਕਦੇ ਕਦੇ ਕੋਈ ਇਹ ਜਾ ਮੌਕਾ ਆਇਆ ਕਦੇ ਭੁੱਲ ਗਈ ਉਹ ਕਿ ਜੰਗੂ ਖਾੜੇ ਚ ਮਨ ਨੂੰ ਗਾਲੀ ਖਰਾਬ ਹੋ ਗਿਆ ਅਖਾੜਾ ਬੁੱਕ ਹੈ ਲਗਾਤਾਰ ਖਾੜੇ ਸਿਹਤ ਖਰਾਬ ਹੋ ਗਈ ਗੋਣਾ ਵੀ ਹੋਵੇਂ ਆ ਫਿਰ ਕਿਵੇਂ ਮੈਨੇਜ ਹੁੰਦਾ ਸੀ ਕੁਦਰਤ ਵੱਲੋਂ ਹੋ ਜਾਂਦਾ ਸੀ ਤੇ ਬਾਅਦ ਆ ਕੇ ਮੈਂ ਥੋੜਾ ਜਿਹਾ ਕਮਜ਼ੋਰ ਹੋ ਗਈ ਸੀ ਮੇਰਾ ਗਲਾ ਤੇ ਪਰ ਸਾਹ ਲੈਂਦੇ ਸੀ ਅਸੀਂ ਅੱਛਾ ਸਾਹ ਲੈਂਦੇ ਆ ਹੁਣ ਤਾਂ ਇੰਨੇ ਅੱਛੇ ਮਾਈਕ ਹੈ ਵੀ ਤੁਸੀਂ ਥੋੜੀ ਜਿਹੀ ਵੀ ਆਵਾਜ਼ ਕੱਢੋ ਤੇ ਕੈਚ ਕਰ ਲੈਂਦੇ ਉਹ ਤਾਂ ਬੜਾ ਜ਼ੋਰ ਲਾਣਾ ਪੈਂਦਾ ਸੀ ਸ਼ਾਇਦ ਐਸੇ ਕਰਕੇ ਮੇਰੀ ਆਵਾਜ਼ ਨਾ ਬਰੀਕ ਹੁੰਦੀ ਸੀ ਮੈਂ ਕਹਿੰਦੀ ਆਏ ਉੱਥੋਂ ਤੱਕ ਪਹੁੰਚ ਜੇ ਜਿੱਥੋਂ ਤੱਕ ਜਨਤਾ ਦਿਖਦੀ ਹੈ ਮੇਰੀ ਸੋਤੇ ਦਿਖਦੇ ਆ ਤੇ ਜ਼ੋਰ ਲਾ ਲਿਆ ਮਗਲੇ ਦਾ ਅੱਛਾ ਦੁਗਾਣਾ ਗਾਇਕੀ ਬਹੁਤ ਪਸੰਦ ਸੀ ਕਿ ਆਪਣਾ ਕੱਲਿਆਂ ਦਾ ਦੁਗਾਣਾ ਤਾਂ ਪਸੰਦੀ ਪਸੰਦੀ ਸੀਗਾ ਸੋਲੋ ਵੀ ਪਸੰਦ ਪਸੰਦ ਹੈ ਆਪਣੇ ਗਾਣੇ ਮੈਨੂੰ ਸਾਰੇ ਹੀ ਪਸੰਦ ਆ ਸਾਡੀ ਪਸੰਦ ਘੱਟ ਸਾਹਮਣੇ ਜਿਹੜਾ ਬੈਠਾ ਉਹਨੂੰ ਤੁਸਾ ਦਿਖਾਣਾ ਚਾਹੀਦਾ ਹਾਂ ਤੇ ਅੱਛਾ ਤੁਹਾਡਾ ਨਾਂ ਜਿਕਰ ਪਛਾਣ ਕਿਹੜੇ ਗੀਤ ਨੇ ਦਿੱਤੀ ਮੇਰੇ ਗੀਤਾ ਨੇ ਕਿਹੜਾ ਗੀਤ ਸੀ ਪਹਿਲਾ ਜੀਨੇ ਪਛਾਣ ਦੇਤੀ ਸੀ ਵੀ ਹਾਂ ਰਣਜੀਤ ਕੌਰ ਕੋਈ ਨਾਂ ਹੈ ਖਾਲੀ ਕੋੜੀ ਢਣਕ ਦੀ ਉੱਤੇ ਨਹੀਂ ਦੀਂਦਾ ਵੀਰ ਇੱਕ ਮੇਰਾ ਸੀਗਾ ਬਾਬੂ ਰਜਬਲੀ ਹੁਣਾਂ ਦੀ ਲਿਖੀ ਹੋਈ ਇਹ ਤਾਂ ਖਾਲੀ ਕੋੜੀ ਢਣਕ ਦੀ ਉੱਤੇ ਨਹੀਂ ਦੀਂਦਾ ਵੀਰ ਇਹ ਮਾਨ ਸਾਹਿਬ ਦਾ ਸੀ ਬਾਬਸੀ ਮਾਨ ਬਟਾੜਾ ਹਾਂਜੀ ਹਾਂਜੀ ਔਰ ਆ ਇੱਕ ਸੀ ਲੈ ਖਬਰ ਨੇ ਆਣੀ ਦੀ ਬਾਬਲਾ ਦਰਦ ਵੰਡਾਲ ਏਤੀ ਦੇ کافی ਗੀ ਸੀ ਇੱਕ ਮੇਰਾ ਗੀ ਸੀ ਵਾਪਸੀ ਮਾਨ ਹੋਰਾਂ ਦਾ ਲਿਖਿਆ ਡੂੰਗੇ ਡੁੱਬ ਗਿਓ ਜੀ ਕਰ ਗਿਆ ਯਾਰਾ ਮੈਂ ਪਤਣਾ ਤੇ ਭਾਲਦੀ ਫੇਰਾ ਕੀ ਬਾਤ ਹੈ ਅੱਛਾ ਪੜਨਾ ਵੀ ਪੈਂਦਾ ਸੀ ਇਸ ਅਖਾੜਿਆਂ ਦੀ ਦੁਨੀਆ ਚ ਗੀਤ ਯਾਦ ਕਰਨੇ ਆ ਤੁਸੀਂ ਮੋਸਟਲੀ ਯਾਦ ਹੀ ਹੁੰਦੇ ਸੀ ਕਿ ਯਾਦ ਕਰਦੇ ਸੀ ਯਾਰ ਹੀ ਹੋ ਜਾਂਦੇ ਸੀ ਥੋੜੀ ਬੋਲ ਹਸਲ ਜਦੋਂ ਕਰਦੇ ਸੀ ਕੀ ਯਾਦ ਮਹੀਨੇ ਚ ਕਿੰਨੇ ਖੜੇ ਲਾ ਦਿੰਦੇ ਸੀ ਜਦੋਂ ਐਨ ਸਿਖਰ ਤੇ ਸੀ ਗੱਲ ਮਹੀਨੇ ਜੇ ਤਾਂ 60 ਵੀ ਲੱਗ ਜਾਂਦੇ ਸੀ ਅੱਛਾ 60 ਵੀ ਲੱਗਿਆ ਸੀ ਤਰੇਟ 64 65 ਵੀ ਹੋ ਜਾਂਦੇ ਸੀ ਅੱਛਾ 364 65 ਵੀ ਹੋ ਜਾਂਦੇ ਪੰਜਾਬ ਦਾ ਕੋਈ ਕੋਨਾ ਛੱਡਿਆ ਜਿੱਥੇ ਖਾੜਾ ਨਾ ਹੀ ਲਾਇਆ ਨਹੀਂ ਨਹੀਂ ਤੇ ਅਕਬਰ ਪਿੰਡਾ ਜੇ ਤਾਂ ਕਾਫੀ ਵਾਰੀ ਨਾ ਨਾ 10 10 ਵਾਰੀ ਗਏ ਆ ਅਖਾੜੇ ਲਾਈ ਬੁਦੇਸ਼ਾਂ ਚ ਜਾਣੇ ਹੋ ਵਾਰੇਂਦਰ ਜਾਨੇ ਪਛਾਣ ਲੈਂਦੇ ਨਹੀਂ ਲੋਕ ਤੇ ਚੰਗਾ ਲੱਗਦਾ ਉਹ 50 ਸਾਲ ਦਾ ਸਫ਼ਰ ਹਾਂਜੀ ਹਾਂ ਜੀ ਪਛਾਣ ਲੈਂਦੇ ਆ ਦੂਰੋਂ ਅੱਜ ਦੀ ਪੀੜ੍ਹੀ ਵੀ ਪਛਾਣਦੀ ਆ ਚਲੋ ਉਹਨਾਂ ਤੁਹਾਡੇ ਮੌਕੇ ਆਲੇ ਸਾਡੇ ਵੇਲੇ ਆ ਤੁਹਾਡੇ ਆ ਨਹੀਂ ਸੀ ਹੁੰਦੇ ਮੋਬਾਈਲ ਮੋਬਾਈਲ ਹੁਣ ਤਾਂ ਤੇ ਦੂਰਦਰਸ਼ਨ ਜਦੋਂ ਬਣਿਆ ਹਾਂਜੀ ਉਦੋਂ ਅਸੀਂ ਕਿੱਥੇ ਗਏ ਦਿੱਲੀ ਜਾਂਦੇ ਹੁੰਦੇ ਸੀ ਪਹਿਲਾਂ ਹਾਂਜੀ ਫਿਰ ਜਲੰਧਰ ਜਦੋਂ ਬਣਿਆ ਉਦੋਂ ਵੀ ਸਾਡਾ ਪ੍ਰੋਗਰਾਮ ਹੋਇਆ ਜਦੋਂ ਸਟਾਰਟ ਹੋਇਆ ਹਾਂਜੀ ਜਦੋਂ ਦਾ ਨੀਂਹ ਪੱਥਰ ਰੱਖਿਆ ਉਦੋਂ ਵੀ ਪ੍ਰੋਗਰਾਮ ਹੋਇਆ ਜਦੋਂ ਸਟਾਰਟ ਹੋਇਆ ਪ੍ਰੋਗਰਾਮ ਉਦੋਂ ਵੀ ਆਪਣੀ ਸੀ ਗਾਣੇ ਉਦੋਂ ਅਸੀਂ ਉੱਥੇ ਅੱਜ ਵੀ 70 ਪਾਰ ਕਰ ਗਿਓ ਉਮਰ ਵੀ ਹੈ ਜੋ ਵੀ ਹੈ ਤੁਹਾਡਾ ਸੁਭਾਅ ਤਾਂ ਵੈਸੇ ਬੱਚਿਆਂ ਵਾਲਾ ਹੈ ਖੁਸ਼ਦਿਲ ਹਾਂਜੀ ਹਾਂਜੀ ਪਰ ਕੋਸ਼ਿਸ਼ ਕਰੀਦੀ ਹੈ ਖੁਸ਼ ਰਹਿਣ ਦੀ ਹੁਣ ਵੀ ਆਪ ਦਾ ਗਾਲ ਲੈਂਦੇ ਹਾਂ 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 ਰਿਹਾਜ਼ ਕਰਦੇ ਰਹਿੰਦੇ ਹਾਂ ਹਾਂਜੀ ਹਾਂਜੀ ਹੁਣ ਫੇਰ ਅੱਜ ਕੱਲ ਨਹੀਂ ਹੁਣ ਕਟਿਆ ਹੋਇਆ ਪਰ ਮੈਂ ਬਾਹਰ ਜਦੋਂ ਬਾਹਰ ਸੀ ਕਿ ਮੈਂ ਉਦੋਂ ਥੋੜਾ ਰਿਹਾਜ਼ ਘੱਟ ਗਿਆ ਸੀ ਹੁਣ ਫੇਰ ਆ ਕੇ ਮੈਂ ਦੁਰਸਤ ਹੋਊਂਗੀ ਠੀਕ ਹੈ ਜੀ ਹਾਂਜੀ ਹਾਂਜੀ ਅਲੜ ਉਮਰ ਦੀਆਂ ਨੌਜਵਾਨ ਕੁੜੀਆਂ ਨੇ ਆਉਣਾ ਆ ਰਹੀਆਂ ਤੁਹਾਡੇ ਜ਼ਮਾਨੇ ਜੇ ਸਿੱਧੀ ਦਰਸ਼ਕਾਣਾ ਸਾਹਜ ਪੈਂਦੀ ਸੀ ਹੁਣ ਤਾਂ ਰਿਕਾਰਡਿੰਗ ਹੈ ਇਸ ਸਫਰ 'ਚ ਜੇ ਬਿਹਤਰ ਰਹਿਣਾ ਹੈ ਚੰਗੇ ਰਹਿਣਾ ਹੈ ਤਾਂ ਬੱਚਿਆਂ ਨੂੰ ਕੀ ਸੁਜੈਸ਼ਨ ਦਿਓਗੇ ਜਿਹੜੇ ਨਵੇਂ ਮੁੰਡੇ ਕੁੜੀਆਂ ਆਉਂਦੇ ਤੁਹਾਡਾ ਬਹੁਤ ਲੰਬਾ ਤਜਰਬਾ ਹੈ ਸਾਰੇ ਬਹੁਤ ਫਾਸਟ ਜਾ ਰਹੇ ਆ ਰਾਤ ਰਾਤ ਨੂੰ ਇੱਥੇ ਚੈਨਲ ਤੇ ਗਾਣਾ ਆ ਜਾਂਦਾ ਦਿਨੇ ਉਹ ਜੇ ਜੇ ਗਾਣਾ ਚੰਗਾ ਹੋਵੇ ਤਾਂ ਸਟਾਰ ਬਣ ਜਾਂਦੇ ਰਾਤੋ ਰਾਤ ਤੁਹਾਨੂੰ ਤੁਹਾਨੂੰ ਸਟਾਰ ਬਣਨ ਨੂੰ ਕਿੰਨਾ ਚਿਰ ਲੱਗਿਆ ਆਸੀਂ ਤਾਂ ਸੜਕਾਂ ਸੜਕਾਂ ਟੁੱਟੀਆਂ ਚ ਜਾਂਦੇ ਹੁੰਦੇ ਸੀ ਜਦੋਂ ਪਿੰਡ 'ਚ ਉਤਰਨਾ ਤੇ ਘੱਟੋ ਘੱਟੀ ਹੋਇਆ ਹੁਣ ਸਾਡਾ ਮੂੰਹ ਸਿਰ ਫੇਰੋ ਝਾੜ ਛੁੱਡ ਕੇ ਹਾਂ ਜੀ ਅਸਤਾ ਬਹੁਤ ਮੁਸ਼ਕਲ ਦਿਨ ਕੱਟੇ ਅੱਜ ਕੱਲ ਦੇ ਬੱਚੇ ਤਾਂ ਬੰਨ ਠੜ ਕੇ ਬਹੁਤ ਵਧੀਆ ਲੱਗਦੇ ਆ ਵਧੀਆ ਚੈਨਲ ਤੇ ਆ ਜਾਂਦੇ ਪਤਾ ਲਾ ਜਾਂਦਾ ਠੀਕ ਹੈ ਜੀ ਤੇਰੇ ਚੂਰੇ ਵਧੀਆ ਲੱਗਦੇ ਆ ਪੜੇ ਲਿਖੇ ਆ ਹਾਂ ਜੀ ਬਿਲਕੁਲ ਸੇ ਉਹਨਾਂ ਨੂੰ ਸਾਡੇ ਨਾਲ ਵਹਿਤਰ ਗੱਲਬਾਤ ਵੀ ਕਰਨੀ ਆਂਦੀ ਆ ਠੀਕ ਹੈ ਨਾ ਸਪੀਕਰ ਬਹੁਤ ਮਸ਼ਹੂਰ ਕੀਦਾ ਹੁੰਦਾ ਸੀ ਫਿਰ ਉਦੋਂ ਉਹ ਤਾਰੀਜਾਤੋਂ ਵਾਲਾ ਹੁੰਦਾ ਸੀ ਕਿ ਉਹ ਉਦਲੇ ਲੱਖ ਜਦੋਂ ਜਾਂਦੇ ਸੀ ਹਾਂ ਹੋਰ ਇੱਕ ਮਾਸਟਰ ਸਾਊਂਡ ਵੀ ਹੁੰਦਾ ਸੀ ਮਤਲਬ ਭਤੌਰ ਵਾਲਿਆਂ ਦਾ ਹਾਂਜੀ ਤੇ ਬਾਕੀ ਕਿਤੇ ਤਾਂ ਹੁੰਦਾ ਹੀ ਨਹੀਂ ਸੀ ਮਾਈਕ ਅੱਛਾ ਬਿਨਾ ਮਾਈਕ ਤੋਂ ਵੀ ਗਾਇਆ ਬਿਨਾ ਮਾਈਕ ਤੋਂ ਵੀ ਗਾਇਆ ਤੇ ਆਪਣੇ ਸਟੈਂਡ ਨਹੀਂ ਸੀ ਹੁੰਦਾ ਤੂਤ ਦੀ ਛਟੀ ਮੋਟੀ ਦੀ ਤੋੜ ਕੇ ਉਹਦਾ ਜਿਹਦੇ ਦੋ ਬਣੇ ਹੁੰਦੇ ਸੀ ਮੂੰਹ ਜਿਹੋ ਉਹਦੇ ਤੇ ਮਾਈਕ ਲਾ ਲੈਣਾ ਅੱਛਾ ਉਦੋਂ ਐਨਾ ਸ਼ੁਕਰ ਆ ਕੈਮਰੇ ਕੋ ਮਰੇ ਨਹੀਂ ਸੀ ਹੁੰਦੇ ਹਾਂ ਵੀ ਮਾਈਕ ਮੋਇਕ ਦੇਖ ਦੇਣੇ ਸੀ ਅੱਛਾ ਬਿਨਾ ਮਾਈਕ ਤੋਂ ਵੀ ਖਾੜਾਲਾ ਤੇ ਹਾਂਜੀ ਤੇ ਫਿਰ ਫਿਰ ਤਾਂ ਬਹੁਤ ਕੀ ਕਹਿੰਦੇ ਉਹਨੇ ਬਹੁਤ ਜ਼ੋਰ ਛੋਰ ਨਾ ਗਾਉਣਾ ਪੈਂਦਾ ਹੋਣਾ ਹਾਂਜੀ ਜ਼ੋਰ ਲੱਗਦਾ ਸਾਡੇ ਫਿਰ ਸਾਨੂੰ ਤਾਂ ਐਨਾ ਲੋਕਾਂ ਨੇ ਪਿਆਰ ਕੇ ਕਹਿੰਦਾ ਢੋਲ ਕਾਂ ਵਿੱਚ ਬੰਦ ਕਰ ਦੋ ਤੁਸੀਂ ਸੁਣਾਈ ਜੋ ਅੱਛਾ ਹਾਂ ਐਦਾਂ ਦੀ ਆਸਤਾ ਕਰ ਲੋ ਹਰਮੋਨੀਅਮ ਨਹੀਂ ਸੀ ਹੁਣ ਤਾਂ ਬਹੁਤ 뮤ਜ਼ਿਕ ਹੋ ਗਿਆ ਹੁਣ ਤਾਂ ਗਾਣਾ ਸੌਖਾ ਬੈਥੇ ਦੁਗਾਣਾ ਜਿਹੜਾ ਸੀਗਾ ਉਹ ਕਿਹੜਾ ਬਹੁਤ ਤੁਹਾਡਾ ਤੁਹਾਨੂੰ ਲੱਗਦਾ ਕਿ ਐਨੇ ਬਹੁਤ ਨਾਮਣਾ ਖਟਿਆ ਗਾਣਾ ਦਾ ਤੋਤਾ ਸਿੰਘ ਜੀ ਸਾਰੇ ਚੰਗੇ ਸੀ ਸਾਡੇ ਇੱਕ ਬੰਦੇ ਦੀ ਆਪਦੇ ਵੀ ਆਪਦੇ ਵੀ ਰੂਹ ਦੇ ਨੇੜੇ ਹੁੰਦਾ ਵੀ ਆਹ ਤਾਂ ਬਹੁਤ ਕਲਕੱਤੇ ਉਹ ਪੱਕੀ ਲਿਆ ਪੱਖੀ ਲਿਆ ਦੇ ਚੱਲੂਗੀ ਸਾਰੀ ਰਾਤ ਇਸ ਗਾਣੇ ਨੇ ਬਹੁਤ ਟੌਪ ਤੇ ਪਹਚਾਇਆ ਸਾਨੂੰ ਜੀ ਔਰ ਇੱਕ ਮੱਕੀ ਦੀ FM ਡੱਬੀ ਚੋ ਯਾਰ ਹਾਂਜੀ ਇਸ ਤਰ੍ਹਾਂ ਦੇ ਗਾਣੇ ਹਰੇਕ ਵਿਸ਼ੇ ਤੇ ਗਾਇਆ ਔਰ ਤੁਸੀਂ ਸਦੀਕ ਸਾਹਿਬ ਤੋਂ ਇਲਾਵਾ ਵੀ ਕਿੰਨੇ ਕ ਆਰਟਿਸਟਾਂ ਨੇ ਗਾਇਆ ਹੈ ਸਦੀਕ ਭਾਈ ਤੋਂ ਪਹਿਲਾਂ ਮੈਂ 2 ਸਾਲ ਪਹਿਲਾਂ ਸਟਾਰਟ ਕੀਤਾ ਹੋਇਆ ਸੀ ਟਾਵੇਂ ਟਾਵੇਂ ਪ੍ਰੋਗਰਾਮ ਸੀ ਤੇ ਕਦੇ ਕਿਸੇ ਨਾ ਕਦੇ ਕਿਸੇ ਨਾ ਘਾਇਏ ਹਮ ਇੱਕ ਨੇ ਕਾਫੀ ਰਿਕਾਰਡਿੰਗਸ ਵੀ ਹੋਈਆਂ ਰਿਕਾਰਡਿੰਗ ਨਹੀਂ ਹੋਈ ਮੇਰੀ ਉਹਨਾਂ ਨਾਲ ਅੱਛਾ ਅਖਾੜਿਆਂ ਚੀ ਹਾਂ ਅਖਾੜੇ ਤੇ ਇੱਕ ਇੱਕ ਰਿਕਾਰਡਿੰਗ ਹੋਈ ਸੀ ਜਿਹੜੀ ਸਭ ਤੋਂ ਪਹਿਲੀ ਵੀਡੀਓ ਰਿਕਾਰਡਿੰਗ ਸੀ ਉਹ ਹੋਰ ਮੁੰਡਾ ਸੀ ਹੋਰ ਤਾਂ ਹੁਣ ਦੁਨੀਆ ਚ ਰਿਹਾ ਨਹੀਂ ਉਹਦੇ ਨਾਲ ਹੋਈ ਸੀ ਸੋ ਉਹ ਉਸ ਗੀਤ ਤੇ ਇਸਦੀ ਭਾਜੀ ਉੱਥੇ ਦਿੱਲੀ ਮਿਲੇ ਸੀ ਸਾਨੂੰ ਅੱਛਾ ਹਮ ਉਹ ਮੇਲ ਫਿਰ ਕਿੰਨਾ ਕਿੰਨਾ ਲੰਬਾ ਗਾਇਆ ਤੁਸੀਂ ਇਕੱਠਿਆਂ ਨੇ ਕਿਦੇ ਨਾਲ ਸੁਦੀਖ ਜੀ ਨਾਲ ਉਹ ਨਾਲ ਨਾਲ ਤਾਂ 35 36 ਸਾਲ ਗਾਇਆ ਇੱਕ ਸਫਰ ਬਹੁਤ ਬਹੁਤ ਤੁਹਾਡਾ ਯਾਦਗਾਰ ਸਫਰ ਰਿਹਾ ਹਾਂਜੀ ਹਾਂਜੀ ਕੋਈ ਇੱਛਾ ਇਹ ਜੀ ਹੋਵੇ ਗਾਉਣ ਦੀ ਜਿਹੜੀ ਰਹਿ ਗਈ ਵੀ ਆਹ ਚੀਜ਼ ਗਾਉਣ ਵਾਲੀ ਸੀ ਜਾਂ ਆਹ ਚੀਜ਼ ਮੈਂ ਗਾਣੀ ਸੀ ਰਹਿ ਗਈ ਤੇ ਕਦੇ ਹੁਣ ਅੰਦਰੋਂ ਕਹਿੰਦੇ ਹੁੰਦੇ ਨੇ ਨਾ ਵੀ ਮਨ ਭੜਦਾ ਜਾਂ ਕਹਿੰਦਾ ਹੋਵੇ ਵੀ ਆਹ ਰਹਿ ਗਿਆ ਇੱਛਾ ਪੂਰਨ ਸਰਬ ਸੁਖ ਦਾਤਾ ਹਾਂਜੀ ਹਾਂਜੀ ਮੇਰੀ ਅੱਛਾ ਕੋਈ ਨਹੀਂ ਹੁਣ ਪਰਮਾਤਮਾ ਨੇ ਸਭ ਕੁਝ ਠੀਕ ਕੀਤਾ ਮੈਂ ਸੈਟੀਸਫੈਕਸ਼ਨ ਹਾਂ ਅੱਛਾ ਜ਼ਿੰਦਗੀ ਚ ਕਿਹੜੀ ਚੀਜ਼ ਤੁਹਾਨੂੰ ਲੱਗਦਾ ਮਿਹਨਤ ਸੀ ਲਗਨ ਸੀ ਕਰਦਿਆਂ ਦਾ ਦਾ ਆਲਾ ਦਵਾੜਾ سپورਟ ਚੰਗੀ ਸੀ ਕਿ ਤੁਹਾਨੂੰ ਸਫਲ ਰੱਖਿਆ ਉਹਨੇ ਇਹ ਸਫਰ ਨੂੰ ਸਫਲ ਰੱਖਿਆ ਹਾਂਜੀ ਹਾਂਜੀ ਮੇਰੇ ਮੰਮੀ ਪਾਪਾ ਦੇ ਬਹੁਤ سپورਟ ਸੀ ਕਿ ਮੈਨੂੰ ਹਾਂਜੀ ਤੇ ਡੈਡੀ ਤਾਂ ਬਹੁਤ ਜ਼ਿਆਦਾ ਸੀਗੀ ਉਹ ਸਾਰਾ ਕੁਛ ਸਾਡਾ ਆਰਗੇਨਾਈਜ਼ ਕਰਦੇ ਸੀ 10 ਵੀ ਦਿੰਦੇ ਸੀ ਅੱਜ ਤੁਹਾਡੀ ਵਾਰ ਠੀਕ ਸੀ ਅੱਜ ਮਾਈਕ ਠੀਕ ਸੀਗਾ ਤੇ ਆ ਕੇ ਦੱਸ ਦਿੰਦੇ ਹੁੰਦੇ ਆ ਵੀ ਇਹ ਨਾਲ ਜਾਂਦੇ ਰਹੇ ਹਾਂ ਮੇਰੇ ਡੈਡੀ ਨਾਲ ਜਿੰਨੀ ਦੇ ਰਹੇ ਇਸ ਦੁਨੀਆ ਸੇ ਮੈਂ ਨਾਲ ਹੀ ਹਾਂਜੀ ਹਾਂਜੀ ਮੈਂ ਉਦੋਂ 35 ਦੀ ਸੀ ਜਦੋਂ ਮੇਰੇ ਡੈਡੀ ਗੁਜ਼ਰੇ ਆ ਅੱਛਾ ਫਿਰ ਉਸ ਤੋਂ ਅੱਜ ਕੱਲੇ ਜਾਣ ਲੱਗੇ ਫਿਰ ਜਾਣਾ ਹੀ ਪੈਂਦਾ ਫਿਰ ਤਾਂ ਨਹੀਂ ਚਲੋ ਸਫਰ ਚੱਲਦੇ ਹਾਂ ਹਾਂ ਮੇਰੇ ਬ੍ਰਦਰਸ ਦੋਨੋਂ ਛੋਟੇ ਸੀ ਹਾਂਜੀ ਤੇ ਉਹ ਫਿਰ ਨਹੀਂ ਸੀ ਜਾਂਦੇ ਕਦੇ-ਕਦੇ ਚਲੇ ਜਾਂਦੇ ਸੀ ਕਿ ਕਦੇ-ਕਦੇ ਪੰਜਾਬ ਦਾ ਬਹੁਤ ਯਾਦਗਾਰ ਅਖਾੜਾ ਕਿਹੜਾ ਸੀ ਜਿਹੜਾ ਤੁਹਾਨੂੰ ਅੱਜ ਵੀ ਤੁਹਾਡੇ ਚਿੱਤੇ 'ਚ ਐ ਪਿਆ ਜਦੋਂ ਮਰਜ਼ੀ ਤੁਸੀਂ ਦੇਖ ਲਓ ਅਖਾੜੇ ਬਹੁਤ ਜ਼ਿਆਦਾ ਇਹਦੇ ਤੇ ਤਾਂ ਦੇਖ ਲਈਦੇ ਹੁਣ ਨਹੀਂ ਨਹੀਂ ਕਦੇ ਤੁਹਾਨੂੰ ਯਾਦ ਹੋਵੇ ਜਿਹੜਾ ਵੀ ਆ ਆ ਪਿੰਡ ਖਾੜਾ ਲਾਇਆ ਸੀ ਤੇ ਬਹੁਤ ਯਾਦ ਕਰ ਰਿਹਾ ਬਹੁਤ ਵੱਡਾ ਘਟ ਹੋਇਆ ਜਾਂ ਕੋਈ ਇਹੋ ਜੀ ਘਟਨਾ ਜਿਹੜੀ ਯਾਦ ਹੋਵੇ ਖਾੜੇ ਤੇ ਥੋੜੇ ਪਹਿਲੇ ਤਾਂ ਲੜਾਈਆਂ ਝਗੜੇ ਵੀ ਹੋ ਜਾਂਦੇ ਸੀ ਖਾੜਿਆਂ ਤੇ ਹਾਂ ਇੱਕ ਜਗ੍ਹਾ ਸੀ ਨਾ ਇਹ ਨਾਲਾਕਾ ਸੀ ਮੋਗੇ ਤੋਂ ਤੁਹਾਡੇ ਅੱਗੇ ਹਾਂਜੀ ਮੁਖਸ਼ਰਬਲ ਹਾਂ ਆਪਾਂ ਤਾਂ ਗਿਆ ਉਸ ਪਰ ਮੁਖ ਸਰ ਫਰੋਜ਼ਪੁਰ ਦੇ ਨੇੜੇ ਮੋਗੇ ਤੋਂ ਅੱਗੇ ਹਾਂਜੀ ਤੇ ਐਦਾ ਪ੍ਰੋਗਰਾਮ ਸੀ ਸਾਡਾ ਤੇ ਉਹ ਲੜਾਈ ਹੋ ਗਈ ਦੋ ਬੰਦਿਆਂ ਦੀ ਪਤਾ ਨਹੀਂ ਕਿਹਾਰੇ ਪਿੱਛੇ ਹੋਈ ਇਹ ਨਹੀਂ ਪਤਾ ਤੇ ਉਹਨੇ ਇੱਕ ਨੇ ਚੱਕ ਕੇ ਨਾ ਬਾਲਟੀ ਮਾਰੀ ਉਹ ਜਿਹੜੀ ਲੋਹੇ ਦੀ ਹੁੰਦੀ ਹੈ ਨਾ ਕੰਗਣ ਜ ਉਹਦੇ ਸਿਰ ਤੇ ਵੱਜੀ ਉਹਦੀ ਖੋਪਰੀ ਜੀ ਨਾਲ ਅਲੱਗ ਜੀ ਹੈ ਉਹਦਾ ਹੀ ਬੈਠਾ ਉਹਨੇ ਸਾਫਾ ਘੁੱਟ ਕੇ ਬੰਨ ਲਿਆ ਖੂਨ ਉਹਦੇ ਚੋਈ ਜਾਵੇ ਹਾਏ ਹਾਏ ਤੇ ਮੈਂ ਤਾਂ ਡਰ ਗਈ ਤੇ ਉਹ ਕਹਿੰਦਾ ਲੱਗੇ ਰੋ ਲੱਗੇ ਰੋ ਤੁਸੀਂ ਉਹ ਥੋੜੀ देर ਬਾਅਦ ਮੰਡਾ ਸਾਹਿਬ ਚੱਕ ਕੇ ਮਾਰ ਕੇ ਚਲਾ ਗਿਆ ਦੂਜਾ ਫੇਰ ਆਇਆ ਉਹ ਨੱਟ ਗਿਆ ਮਾਰ ਉਹ ਵੀ ਬਹਿ ਗਿਆ ਉਹ ਉਹਨੂੰ ਕਹਿੰਦਾ ਸੀ ਬਹਿ ਜਾ ਤੂੰ ਅੱਛਾ ਤਾਂ ਮਾਲਟੀ ਮਾਰੀ ਉਹਦੇ ਤੇ ਕੋਈ ਸ਼ਰਾਰਤੀ ਸੀਗਾ ਇਸ ਕਾਲ ਕਰਕੇ ਐਂਦਾ ਨਹੀਂ ਹੁਣ ਮੈਂ ਗੱਲ ਭੁੱਲ ਗਈ ਐ ਬਹੁਤ ਔਖਾਤ ਨਾਲ ਜਾ ਸੀ ਸੀ ਅੱਛਾ ਹਾ ਬੈਠਾ ਵੀ ਉੱਦਾਂ ਹੀ ਸਾਹਮਣੇ ਅੱਛਾ ਸਟੇ ਦੇ ਨਜ਼ਦੀਕ ਹੀ ਤੁਹਾਨੂੰ ਆਪ ਦੇ ਗਾਣਿਆਂ ਚੋਂ ਕਿਸੇ ਦਾ ਹੋਰ ਗੀਤ ਬਹੁਤ ਜਿਹੜਾ ਬਹੁਤ ਪਸੰਦ ਹੈ ਮੈਂ ਕਦੇ-ਕਦੇ ਗਾ ਲੈਣੀ ਹੁੰਦੀ ਆ ਆ ਆਪਣੇ ਸੁINDER ਕੌਰ ਜੀ ਹੋਰ ਹੁੰਦਾ ਸਿੰਦਰ ਕੌਰ ਹੋਰ ਹੁੰਦਾ ਗਾਇਤਗੀ ਕਿਹੜਾ ਗੁੰਗੁਣਾ ਦਿਓ ਉਹਨਾਂ ਦਾ ਗੀਤ ਸੀਗਾ ਹੂੰ ਜੇਤੇ ਹੁਣ ਭੁੱਲ ਜਾਂਦੇ ਆਂ ਕੁਛ ਐ ਫਰਕ ਉਹਨਾਂ ਦਾ ਕੀ ਸੀ ਅ ਅੱਧੀ ਰਾਤ ਨੂੰ ਨ ਰਾਤ ਨੂੰ ਇਹ ਅੱਗੇ ਪਾਣੀਆਂ ਚ ਹਾਣੀਆਂ ਮੈ ਲਈ ਰਾਤ ਨੂੰ ਸਵਾ ਕੁਢੀ ਚੁੱਕ ਕੇ ਬੱਲੇ ਢੋਂਡੇ ਚੁੱਕ ਕੇ ਕਿ ਕਿਲੀ ਜਪਾਈ ਰਾਤ ਨੂੰ ਕੀ ਬਾਤ ਹੈ ਹੋ ਅੱਗੇ ਪਾਣੀਆਂ ਚ ਹਾਣੀਆਂ ਮੈ ਲਾਈ ਰਾਤ ਨੂੰ ਅੱਗੇ ਪਾਣੀਆਂ ਚ ਹਾਣੀਆਂ ਮੈ ਲਾਈ ਰਾਤ ਨੂੰ ਕੀ ਬਾਤ ਹੈ ਜੀ ਤੁਹਾਨੂੰ ਜਿਹੜਾ ਇਹ ਸਾਰਾ ਸਫਰ ਰਿਹਾ ਜ਼ਿੰਦਗੀ ਦਾ ਇਹਦਾ ਕ੍ਰੈਡਿਟ ਕਿਹਨੂੰ ਦਿੰਨੇ ਹੋ ਇਹਦਾ ਇਹ ਤੁਹਾਡੇ ਲਈ ਅੰਦਰ ਹੌਸਲਾ ਕੌਣ ਰਿਹਾ ਕਿਉਂਕਿ ਜ਼ਿੰਦਗੀ ਚ ਬੜੇ ਉਤਾਰ ਚੜ੍ਹਾਵ ਆਉਂਦੇ ਆ ਹਾਂਜੀ ਹੌਸਲਾ ਕੌਣ ਰਿਹਾ ਤੁਹਾਡਾ ساری ਉਮਰ ਜਿਹੜਾ ਤੁਹਾਨੂੰ ਸਫਰ ਚ ਲਈ ਫਿਰਿਆ ਲਈ ਫਿਰਿਆ ਹੌਸਲਾ ਇੱਕ ਹੁੰਦਾ ਨਾ ਕੁਝ ਬਣਨਾ ਹੈ ਜਾਂ ਕੁਝ ਬਣਾਣਾ ਹੈ ਹਾਂਜੀ ਘਰ ਪਰਿਵਾਰ ਬਣਾਣਾ ਉਹ ਚੀਜ਼ਾਂ ਲਈ ਫਿਰਦੀਆਂ ਰਹਿੰਦੀਆਂ ਉਹ ਹਾਂ ਉਹ ਜਿਹੜੀ ਜ਼ਰੂਰਤ ਸੀ ਉਹ ਲਈ ਫਿਰੇ ਜੇ ਤੁਸੀਂ ਗਾਉਂਦੇ ਨਾ ਹੁੰਦੇ ਤਾਂ ਕੀ ਕਰਦੇ ਹੁੰਦੇ ਕਦੇ ਇੱਛਾ ਸੀ ਵੀ ਮੈਂ ਪੜ ਕੇ ਡਾਕਟਰ ਬਣਨਾ ਹੈ ਇੰਜੀਨੀਅਰ ਕੋਈ ਕੋਈ ਸੀ ਅੰਦਰ ਡਾਕਟਰ ਡਾਕਟਰ ਤਾਂ ਕੇ ਮੈਟ੍ਰਿਕ 10 ਮਸਾ ਕਲੀਅਰ ਕੀਤੀ ਸੀਗੀ ਉਦੋਂ ਚਲੋ ਇੱਕ ਸਮਾਂ ਵੀ ਸੀ ਵੀ ਪੜਨ ਵਾਲੇ ਰਿਵਾਜ ਘੱਟ ਸੀ ਉਦੋਂ ਰਿਵਾਜ ਬਿਲਕੁਲ ਘੱਟ ਸੀ ਕੁੜੀਆਂ ਨੂੰ ਤਾਂ ਖਾਸ ਕਰਕੇ ਔਖਾ ਲੱਗਦਾ ਸੀ ਨਹੀਂ ਖੜ ਕੁੜੀਆਂ ਮੁੰਡੇ ਵੀ ਠੀਕ ਠੀਕ ਹੀ ਸੀ ਹੁੰਦੇ ਅੱਗੇ ਪੜਨ ਪੜਨ ਵਾਲੇ ਚੱਕਰ ਚ ਲੋਕ ਪੈਂਦੇ ਨਹੀਂ ਸੀ ਨੌਕਰੀ ਵੀ ਨਹੀਂ ਸੀ ਕਰਦਾ ਕੋਈ ਇਹ ਵੀ ਵੱਡੀ ਗੱਲ ਸੀ ਹਾਂਜੀ ਹਾਂਜੀ ਇੰਨੀ ਜਾਗਰੂਕੀਤ ਨਹੀਂ ਸੀ ਪਰ ਫਿਰ ਵੀ ਜਿਹੜੇ ਪੜ ਪੜਦੇ ਸੀ ਉਹ ਪੜਦੇ ਹੀ ਸੀਗੇ ਤੇ ਬਸ ਜਦੋਂ ਐਸ ਲਾਈਨ ਚ ਪੈ ਗਈ ਫਿਰ ਪੜ੍ਹਾਈ ਵੱਲੋਂ ਮੇਰਾ ਧਿਆਨ ਹੀ ਨਹੀਂ ਰਿਹਾ ਅਖਾੜਿਆਂ ਚੋਂ ਅੱਜ ਤੁਸੀਂ ਮੋਬਾਈਲਾਂ ਦੇ ਜ਼ਮਾਨੇ ਚ ਆ ਗਿਓ ਹੁਣ ਕਿਵੇਂ ਲੱਗਦਾ ਮੈਂ ਸ਼ੁਕਰ ਕਰਦੀ ਆ ਉਸ ਅਕਾਲ ਪੁਰਖ ਦਾ ਵੀ ਸਾਨੂੰ ਦੋਨੋਂ ਦੋਨੋਂ ਤੈਨੂੰ ਜੋ ਕੋ ਦੇਖਣ ਦੇ ਯੁੱਗ ਦੇਖਣ ਨੂੰ ਮਿਲੇ ਤੁਹਾਡੇ ਤਵੇ ਵੀ ਆਏ ਰਿਕਾਰਡਿੰਗ ਤਵੇ ਤੋ ਤਾਂ ਸ਼ੁਰੂ ਹੋਇਆ ਸੀ ਕਿਹੜੇ ਤਵੇ ਤੂੰ ਲੱਖ ਦੇ ਕਿ ਦੂਜੇ ਲੱਖ ਦੇ ਸੀ ਲੱਖ ਦੇ ਸੀ ਫਿਰ ਈਪੀ ਆਇਆ ਫਿਰ ਐਸਪੀ ਆਇਆ ਫਿਰ ਵੱਡੇ ਵੱਡੇ ਲੌਂਗ ਟਾਈਮ ਤੁਹਾਡੇ ਤੁਹਾਡੇ ਸਮੇਂ ਚ ਕਿਹੜੀ ਕੰਪਨੀ ਦੀ ਟੌਰ ਵਾਲੀ ਹੁੰਦੀ ਸੀ ਵੀ ਆਹ ਕੰਪਨੀ ਚ ਗਾਣਾ ਹੈ ਐਚਐਮਪੀ ਐਚਐਮਪੀ ਹਾਂ ਇਸ ਮਾਸਟਰਸ ਵਾਈਸ ਜੀ ਉਹਨਾਂ ਨੂੰ ਪੰਡਾ ਜੀ ਤਾਂ ਇਹ ਕਹਿੰਦੇ ਸ ਕੁੱਤਾ ਕੰਪਨੀ ਦੇ ਕਲਾਕਾਰ ਕੁੱਤਾ ਕੰਪਨੀ ਦੇ ਕਲਾਕਾਰ ਹੈ ਸਹੀ ਗੱਲ ਹੈ ਉਹ ਕੁੱਤੇ ਦਾ ਸਾਈਨ ਜਿਹਾ ਲੱਗਦਾ ਹੁੰਦਾ ਸੀ ਪੰਡਾ ਮੋਤੇ ਹਾਂ ਜੀ ਜ਼ਿੰਦਗੀ ਜੀ ਜਦੋਂ ਪਹਿਲੀ ਵਾਰ ਜਹਾਜ਼ 'ਚ ਬੈਠੇ ਹੋ ਕਿਵੇਂ ਲੱਗਿਆ ਪਹਿਲਾ ਸਫ਼ਰ ਕਿੱਧਰ ਦਾ ਸੀ ਪਹਿਲਾਂ ਮੈਂ 14 15 15 ਸਾਲ ਦੀ ਸੀ ਜਦੋਂ ਪਹਿਲੀ ਵਾਰ ਜਹਾਜ਼ 'ਚ ਬੈਠੇ ਆ ਪਲੇਨ 'ਚ ਬੈਠੇ ਆ ਔਰ ਸਫ਼ਰ ਵੀ ਬਹੁਤ ਲੰਬਾ ਸੀ ਕੈਨੇਡਾ ਦਾ ਅੱਛਾ ਤੇ ਕਾਫੀ ਟਾਈਮ ਲੱਗਦਾ ਸੀ ਜਾਣ ਨੂੰ ਹੁਣ ਤਾਂ 24 23 24 ਘੰਟੇ ਲੱਦੇ ਹਾਂਜੀ ਟਰੈਕਟ ਫਲਾਈਟ ਹੋ ਗਈ ਹੁਣ ਤਾਂ 14 15 ਘੰਟੇ ਜਾਵੜਦਾ ਬੰਦਾ ਹਾਂਜੀ ਤੇ ਫਸਟ ਟਾਈਮ ਸਿੰਗਾਪੁਰ ਗਏ ਥਾਈਲੈਂਡ ਸਿੰਗਾਪੁਰ ਮਲੇਸ਼ੀਆ ਕਿੰਨੇ ਦੇਸ਼ ਘੁੰਮ ਲਏ ਆ ਸਾਰੇ ਉਹ ਜਿੰਨੇ ਕਦੇ ਨਾਂ ਦੁਨੀਆ ਨੂੰ ਆਉਂਦੇ ਆ ਦੁਬਈ ਦੁਬਈ ਸਾਰਾ ਇੰਗਲੈਂਡ ਕੈਨੇਡਾ ਕੈਨੇਡਾ ਤੱਕ ਫਿਰ ਲਗਾਤਾਰ ਹੀ ਕੈਨੇਡ ਵੀ ਬਹੁਤ ਲਗਾਤਾਰ ਗਏ ਆ ਤੇ ਯੂ ਐਸ اے ਵੀ ਬਹੁਤ ਵਾਰੀ ਗਏ ਆ ਸਾਡੇ ਪੰਜਾਬੀਆਂ ਨੇ ਉੱਥੇ ਪੰਜਾਬ ਵਸਾ ਲਿਆ ਪਰ ਤੁਹਾਡੇ ਜਿਵੇਂ ਗੀਤ ਸੀਗੇ ਤੁਹਾਡੇ ਗੀਤਾਂ ਚ ਪੰਜਾਬੀ ਅਸ ਸੀ ਲੋਕਾਂ ਦੇ ਉਵੇਂ ਜਹਨ ਚ ਪਈ ਹੈ ਉੱਥੇ ਕਿਵੇਂ ਲੱਗਦਾ ਸੀ ਜਾ ਕੇ ਬਹੁਤ ਚੰਗਾ ਲੱਗਿਆ ਬਹੁਤ ਚੰਗਾ ਮੇਰੇ ਵੀ ਜ਼ਹਿਨ ਚ ਉਦਾਂ ਹੀ ਆਦੇ ਉਦਾਂ ਦੀ ਹੈ ਮੇਰੀ ਬੋਲੀ ਪਾਕਿਸਤਾਨ ਗਏ ਹੋ ਕਦੀ ਨੇ ਪਾਕਿਸਤਾਨ ਨਹੀਂ ਗਈ ਇਹ ਇੱਛਾ ਨਹੀਂ ਰਹੀ ਕਦੇ ਕਿ ਸਾਡੀ ਪੁਰਾਣੀ ਮਿੱਟੀ ਹੈ ਸਾਡੀ ਪੁਰਾਣੀ ਧਰਤੀ ਹੈ ਆਰਟਿਸਟਾਂ ਦਾ ਦੇਸ਼ ਹੈ ਹਾਂ ਤਮੰਨਾ ਹੈਗੀ ਹੈ ਜਾਵਾਂਗੇ ਜਾਵਾਂਗੇ ਕੋਈ ਗੁਰੂ ਘਰ ਵੀ ਉੱਥੇ ਆਪਣੇ ਜਾਵਾਂਗੀ ਇਹ ਜਾਣੀ ਕਿ ਇੱਛਾ ਹੈ ਇੱਛਾ ਬੜ ਲਬਲੀ ਜਿਹੜੀ ਰਹਿ ਗਈ ਹੈ ਹਾਂਜੀ ਹਾਂਜੀ ਬਾਕੀ ਜਿਹੜੇ ਜਿਨ੍ਹਾਂ ਨੂੰ ਅਸੀਂ ਮੰਨਦੇ ਹਾਂ ਗੁਰੂ ਮੰਨਦੇ ਸੀਗੇ ਹਾਂਜੀ ਉਹ ਤਾਂ ਇਸ ਦੁਨੀਆ ਚ ਰਹੇ ਨੇ ਸ਼ੌਕਤ ਅਲੀ ਖਾਨ ਸਾਹਿਬ ਆਪਣੇ ਮੁਸਰਤ ਅਲੀ ਖਾਨ ਫਤਿਹ ਅਲੀ ਖਾਨ ਸਾਹਿਬ ਉਹਨਾਂ ਦੇ ਦਰਸ਼ਕ ਤਾਂ ਹੋਏ ਸੀ ਇੰਗਲੈਂਡ ਚ ਉਹ ਆਏ ਹੋਏ ਸੀ ਹਾਂਜੀ ਤੇ ਮਿਲੇ ਸੀ ਅਸੀਂ ਅੱਛਾ ਮੈਂ ਮਿਲੀ ਸੀ ਹਾਂ ਸਦੀਕ ਸਾਹਿਬ ਤਾਂ ਸਿਆਸਤ ਚ ਆ ਗਏ ਥੋੜਾ ਨਹੀਂ ਇਰਾਦਾ ਐਕਚੁਅਲੀ ਮੈਨੂੰ ਸਿਆਸਤ ਆਉਂਦੀ ਨਹੀਂ ਅੱਛਾ ਜੇ ਆ ਆਉਂ ਲਾ ਜਾਂਦੀ ਥੋੜੀ ਜਿਹੀ ਮੈਂ ਚਲਾਕ ਹੁੰਦੀ ਨਾ ਫੇਰ ਆ ਜਾਣਾ ਸੀ ਅੱਛਾ ਤੁਸੀਂ ਮੰਨਦੇ ਹੋ ਮੰਨਦੇ ਹੋ ਵੀ ਤੁਸੀਂ ਚਲਾਕ ਘਟੋਂ ਨਹੀਂ ਮੈਂ ਚਲਾਕ ਨਹੀਂ ਮੈਂ ਸਿੱਧੇ ਸਾਦੇ ਹਾਂ ਕੁਝ ਵੀ ਨਹੀਂ ਨਾਥਿੰਗ ਆ ਸੀ ਮੈਂ ਕੁਝ ਵੀ ਨਹੀਂ ਕੀ ਸੀ ਅੱਛਾ ਕਦੇ ਸੱਚੀ ਇੱਛਾ ਨਹੀਂ ਰਹੀ ਵੀ ਨਾਲ ਦੇ ਹੁਣ ਤਾਂ ਹੁਣ ਪੰਜਾਬ ਦੇ ਮੁੱਖ ਮੰਤਰੀ ਵੀ ਤੁਹਾਡੇ ਕੀ ਬਾਤ ਹੈ ਬਹੁਤ ਬਹੁਤ ਸਾਡੇ ਮੁੱਖ ਮੰਤਰੀ ਨੇ ਬਹੁਤ ਮਿਹਨਤ ਕੀਤੀ ਹੈ ਬਹੁਤ ਸਿਆਣਾ ਹਾਂ ਹਾਂ ਹੁੰਦਾ ਆਰਟਿਸਟਾਂ ਦੀ ਸਿਆਸਤ ਚ ਐਂਟਰੀ ਹੋ ਗਈ ਹੈ ਕਦੇ ਕਦੇ ਖਿਆਲ ਨਹੀਂ ਹੈ ਮਨ ਵੀ ਸਿਆਸਤ ਜਾਣਾ ਚਾਹੀਦਾ ਸੀ ਕਿਤੇ ਦਾਲ ਲੱਗ ਜਾਣਾ ਬੱਚਿਆਂ ਆਪਣੇ ਗਗਨਮਾਨ ਆਏ ਵਧੀਆ 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 ਲੱਗਦਾ ਹਾਂਜੀ ਮੈਨੂੰ ਤਾਂ ਇੰਨੀ ਖੁਸ਼ੀ ਆ ਵੀ ਸਾਡੇ ਲਾਇਨ ਵੀ ਉਧਰ ਜਾਣ ਲੱਗੀ ਹੈ ਤਰੱਕੀ ਕਰਨ ਲੱਗੀ ਹੈ ਤਰੱਕੀ ਕਰਨ ਲੱਗੀ ਇਸ ਪਾਸੇ ਵੀ ਹਾਂ ਜੀ ਇਧਰ ਤਾਂ ਚਲੋ ਤਰੱਕੀ ਕੀਤੀ ਕੀਤੀ ਸੀ ਬੱਚਿਆਂ ਨੂੰ ਕੀ ਕਹੋਗੇ ਛੋਟੇ ਜਿਹੜੀਆਂ ਆ ਰਹੀਆਂ ਬੱਚੀਆਂ ਜਿਹੜੀਆਂ ਮੈਂ ਬੱਚਿਆਂ ਨੂੰ ਕਹੂੰਗੀ ਵੀ ਇਹ ਇਸ ਕੰਮ ਨੂੰ ਐਵੇਂ ਨਾ ਸਮਝੋ ਸਿੱਖ ਕੇ ਆਓ ਤੇ ਇਸ ਕੰਮ ਨੂੰ ਇੱਕ ਪੂਜਾ ਸਮਝੋ ਹਾਂ ਜੀ ਠੀਕ ਹੈ ਆਪਾਂ ਨੂੰ ਪੈਸੇ ਦੀ ਵੀ ਜ਼ਰੂਰਤ ਹੁੰਦੀ ਹੈ ਤੇ ਲੇ ਮੈਂ ਕਿਤੇ ਆ ਕੇ ਸਕਾਮ ਨੂੰ ਕਰੋ ਚੰਗਾ ਅੱਜ ਕੱਲ੍ਹ ਦੀਆਂ ਲੜਕੀਆਂ ਬੈਸੇ ਚੰਗਾ ਕੰਮ ਕਰਦੀਆਂ ਮੈਨੂੰ ਅਛੀਆਂ ਲੱਗਦੀਆਂ ਹਾਂ ਬਾਕੀ ਅ ਥੋੜਾ ਜਨਾ ਜਿਹੜੀਆਂ ਕੰਪਨੀਆਂ ਸਾਈਨ ਕਰ ਲੈਂਦੀਆਂ ਉਹਨਾਂ ਨੂੰ ਥੋੜਾ ਉਹਦੀਆਂ ਸ਼ਰਤਾਂ ਠੀਕ ਰੱਖਣੀਆਂ ਚਾਹੀਦੀਆਂ ਹਾਂ ਅਗਲੇ ਆਪਣੀ ਹੋਮੈਨਾ ਮਾਰੋ ਠੀਕ ਹੈ ਜੀ ਹਾਂ ਆਪਣੀ ਹੋਮੈਨਾ ਮਾਰੋ ਤੁਸੀਂ ਜੋ ਵੀ ਹੈਗੇ ਉਹਨੀਆਂ ਕੋਈ ਸ਼ਰਤਾਂ ਮੰਨੋ ਜਿੰਨੀਆਂ ਕਾ ਮਨਜ਼ੂਰ ਆ ਠੀਕ ਹੈ ਜੀ ਬਾਕੀ ਜਿਹੜੇ ਸਟੈਂਡ ਕਰਦੇ ਉਹਨਾਂ ਨੇ ਵੀ ਉਹਨਾਂ ਦਾ ਵੀ ਧੰਨਵਾਦ ਹੈ ਵੀ ਜਿਹੜੇ ਬੱਚਿਆਂ ਨੂੰ ਸਿੱਖਿਆ ਲੈਂਦੇ ਆ ਪੈਸੇ ਲਾ ਲੈਂਦੇ ਪੈਸਾ ਬਹੁਤ ਮੁਸ਼ਕਲ ਕਮਾਣਾ ਤੇ ਆਪਣੀ ਨਾ ਹੌਂਦ ਨਾ ਛੱਡੋ ਆਪਣੀ ਹੌਮ ਹੈ ਜਿਹੜੀ ਤੁਹਾਡੇ ਚ ਪਾਵਰ ਪਰਮਾਤਮਾ ਨੇ ਦਿੱਤੀ ਹੈ ਉਹਨੂੰ ਐਵੇਂ ਨਾ ਗਵਾਓ ਉਹਨੂੰ ਜਣੀ ਕਿ ਕਣਖ ਗੜਸ ਰੱਖੋ ਗੜਸ ਰੱਖੋ ਜੀ ਭੰਗੜਾ ਸਰਖੋ ਚੇਪੋਨ ਚੇਪ ਨਾ ਕਰੋ ਕਿਸੇ ਦਾ ਜੀ ਪੰਜਾਬ ਕਿੰਨੇ ਸਾਲਾਂ ਬਾਅਦ ਆਉਣਾ ਹੋਇਆ ਹੁਣ ਮੈਂ 4.5 ਸਾਲ ਬਾਅਦ ਆਈ ਆ ਪਹਿਲਾਂ ਗਈ ਸੀ ਫਿਰ ਆਈ ਸ਼ਾਦੀ ਕੀਤੀ ਛੋਟੀ ਸਿਸਟਰ ਦੀ ਨਾਂ ਦੇ ਆਪਣੇ ਹਾਂਜੀ ਬਰਾਦਰ ਦੇ ਪਰਮ ਨੇ ਬਹੁਤ ਵਧੀਆ ਕੀਤੀ ਹੈ ਉਹਦੀ ਸ਼ਾਦੀ ਆ ਠੀਕ ਹੈ ਜੀ ਪਰਮ ਨੇ ਹਾਂ ਪਰਮ ਵੀਰ ਨੂੰ ਤੁਸੀਂ ਜਾਣਦੇ ਆ ਹਾਂਜੀ ਹਾਂ ਬਿਲਕੁਲ ਹੁਣ ਤਾਂ ਉਹਨਾਂ ਨੂੰ ਕੌਣ ਨਹੀਂ ਜਾਣਦਾ ਇਹ ਵੀ ਹੈ ਹਾਂ ਚਲੋ ਆਪਦਾ ਫਿਲਮਾਂ ਦੇ ਵਿੱਚ ਬਸ ਉਹ ਮੇਰਾ ਪੁੱਤਾਂ ਵਾਂਗ ਹੀ ਪਾਲਿਆ ਉਹਨੂੰ ਜਾਨੀ ਕਿ ਘਰ ਦੀ ਜਿਹੜੀ ਜ਼ਿੰਮੇਵਾਰੀ ਸੀ ਕਬੀਲਦਾਰੀ ਸੀ ਉਹ ਤੁਸੀਂ ਆਪਦੇ ਮੋਢਿਆਂ ਤੇ ਰੱਖ ਕੇ ਚਲਾਈ ਹੈ ਕਹਿ ਸਕਦੇ ਹਾਂਜੀ ਹਾਂ ਕੋਸ਼ਿਸ਼ ਕੀਤੀ ਹੈ ਬਾਕੀ ਚਲਾਉਣ ਵਾਲਾ ਤਾਂ ਵਾਹਿਗੁਰੂ ਹੀ ਹੈ ਤੇ ਕੋਸ਼ਿਸ਼ ਕੀਤੀ ਔਰ ਮੇਰਾ ਮੇਰੀ ਸਰੋਤਿਆਂ ਨੇ ਬਹੁਤ ਸਾਥ ਦਿੱਤਾ ਮੇਰਾ। ਕੋਈ ਜ਼ਿੰਦਗੀ ਚ ਕਦੇ ਕੋਈ ਗਿਲਾ ਜ਼ਿੰਦਗੀ ਤੋਂ ਆਲੇ ਦੁਆਲੇ ਤੋਂ ਕਦੇ ਵੀ ਕੋਈ ਗਿਲਾ ਹੋਵੇ। ਨਹੀਂ। ਖੁਸ਼ ਹਾਂ। ਖੁਸ਼ ਹਾਂ। ਖੁਸ਼। ਖੁਸ਼ੀ ਦਾ ਰਾਜ ਕੀ ਹੈ? ਇਨੇ ਖੁਸ਼ ਕਿਵੇਂ ਰਹਿੰਦੇ ਹਾਂ? ਰੱਬ ਤੇ ਪਰੋਸ ਸਾਹਿਬ। ਅੱਛਾ। ਹਾਂ ਰੱਬ ਤੇ ਜੋ ਮੰਗਦੇ ਆ ਮਿਲ ਜਾਂਦਾ। ਟਾਈਮ ਸੇ ਥੋੜੇ ਲੇਟ ਹੋ ਜਾਈ ਪਾ ਮਿਲ ਜਾਂਦਾ ਮੈਨੂੰ। ਬਹੁਤ ਬਹੁਤ ਚਲੋ ਆਖਰ ਦੇ ਵਿੱਚ ਮੈਂ ਤੁਹਾਡੇ ਤੋਂ ਇਜਾਜ਼ਤ ਲੈਣਾ ਤੇ ਦੋ ਲਾਈਨਾਂ ਗੁੰਗੁਣਾ ਦਿਓ ਫਿਰ ਆਪਾਂ ਤੁਸੀਂ ਮੈਨੂੰ ਦਿਓ ਇਜਾਜ਼ਤ ਜੋ ਤੁਹਾਨੂੰ ਪਸੰਦ ਹੈ ਇਹ ਸ਼ਬਦ ਆ ਜੀ ਮਸਣਾ ਨੇ ਉਹ ਕਿੰਨਾ ਦਾ ਗਿਆ ਹੋਇਆ ਬਹੁਤ ਅੱਛੇ ਰਾਗੀ ਸਾਹਿਬ ਹੈਗੇ ਆ ਉਹਨਾਂ ਮਮ ਕਰੋ ਦਇਆ ਮੇਰੇ ਸਾਈ ਤੁਮ ਕਰੋ ਦਇਆ ਮੇਰੇ ਸਾਈ ਕਰੋ ਦਇਆ ਮੇਰੇ ਸਾਈ ਤੁਮ ਕਰੋ ਦਇਆ ਮੇਰੇ ਸਾਈ ਐਸੀ ਮਤ ਦੀਜੀਏ ਮੇਰੇ ठाकुर सदा सदा तुदते हैं तुम करो दया मेरे साईं तुम करो दया मेरे साईं बहुत चंगा लगया बहुत ही चंगा लगया ਤੁਸੀਂ ਖੁੱਲ ਕੇ ਗੱਲਾਂ ਆਪਾਂ ਗੱਲਾਂ ਬਾਤਾਂ ਕੀਤੀਆਂ ਗੱਲਾਂ ਬਾਤਾਂ ਕੀਤੀਆਂ ਇੰਟਰਵਿਊ ਨਾ ਇਹਨਾਂ ਸਮਝਿਓ ਮੈਂ ਆਪਣੇ ਦਿਲ ਦੇ ਜਜ਼ਬਾਤ ਦੱਸੇ ਨਹੀਂ ਬਿਲਕੁਲ ਤੇ ਬਹੁਤ ਚੰਗਲ ਹੈ ਸ਼ੁਕਰੀਆ ਬਹੁਤ ਧੰਨਵਾਦ ਤੁਸੀਂ ਟਾਈਮ ਦਿੱਤਾ ਹੈ ਥੈਂਕ ਯੂ ਥੈਂਕ ਯੂ ਬੱਚੇ ਥੈਂਕ ਯੂ ਜੀ ਹੁੰਦਾ ਰਹਿ ਇਸੇ ਤਰ੍ਹਾਂ ਕਲਾਕਾਰਾਂ ਦੀ ਇੰਟਰਵਿਊ ਲੈਂਦਾ ਰਹੇ ਗੱਲਾਂ ਬਾਤਾਂ ਸੁਣਦਾ ਰਹੇ ਠੀਕ ਹੈ ਜੀ ਹਾਂ ਜੀ ਇਹ ਅੱਦੀ ਸਦੀ ਤੋਂ ਲਗਾਤਾਰ ਇਹਨਾਂ ਦੀ ਆਵਾਜ਼ ਸਾਡੇ ਕੰਨਾਂ 'ਚ ਪੀੜੀਆਂ ਦੇ ਪੀੜੀਦਰ ਪੀੜੀ ਅੱਗੇ ਵਧਦੀ ਰਹਿਣੀ ਹੈ ਤੇ ਅੱਗੇ ਵੀ ਇਹ ਆਵਾਜ਼ ਹੁਣ ਤਾਂ ਡਿਜੀਟਲ ਯੁੱਗ ਆ ਗਿਆ ਸਮਕੇ ਅੱਗੇ ਜਾਣੀ ਹੈ ਸੋ ਦਿਓ ਜਾਦੇ ਫਿਰ ਬਣਾ ਸਰਸ਼ਿਕਾ